ਮੈਂ ਕਿਹਾ ਪਾਕਿਸਤਾਨ ਦੇ ਵਿੱਚ ਇਹੋ ਜਿਹੇ ਆਚਾਰ ਨੇ ਟੌਪ ਦਾ ਆਚਾਰ ਹੀ ਤੇ ਘਰ ਕਿਉਂ ਪਿਆ ਰਹਿੰਦਾ ਫਿਰ ਵੇਖਦਾ ਕਿਉਂ ਨਹੀਂ ਹਾਂ ਜੇ ਟੌਪ ਦਾ ਵਾ ਓ ਯਾਰ ਗੋਲਡਨ ਵੀ ਚੱਪ ਬੱਚਾ ਮਰ ਗਿਆ ਮੈਂ ਚੱਪ ਚੱਪ ਯਾਰ ਗੱਲ ਸੁਣ ਬੱਚਾ ਫਿਰ ਗਿਆ ਮੇਰਾ ਜੁਰ ਉਹਨੂੰ ਕਮਾਉਣ ਵੀ ਡਿਆ ਆਏ ਅਸੀਂ ਤੇਰੇ ਕੋਲ ਲੈ ਕੇ ਜਾਣਾ ਸੀ ਮੇਰੀ ਗੱਲ ਤੇ ਸੁਣੋ ਭਾਜੀ ਮੇਰਾ ਵੀਰਾ ਤੂੰ ਗਿੱਠਾ ਨਾ ਮਿਣ ਤੇ ਇਧਰ ਨੂੰ ਆ ਕੇ ਰੱਖ ਸਾਨੂੰ ਪੈਸੇ ਦੇ ਕੇ ਜਾ ਵੀਰ ਪੈਸੇ ਦੇ ਕੇ ਜਾ ਜੀ 6 ਵੱਜ ਗਏ ਆ ਕਿੰਨੇ ਵਜੇ ਦਾ ਕਿਹਾ ਸੀ ਭਲਾ ਆ ਜਾਂਦੇ ਕੋਈ ਨਹੀਂ ਅੱਲਾ ਖੈਰ ਕਰੇ ਤੁਸੀਂ ਆਪਣੇ ਇੰਤਜ਼ਾਮਾਤ ਪੂਰੇ ਕਰ ਲਏ ਜਿਹੜੀਆਂ ਸ਼ੈਵਾਂ ਲਿਆਣੀਆਂ ਸੀ ਲੇਕਿਨ ਜੋ ਵੀ ਆ ਯਾਰ ਮੇਰੀ ਖੁਆਇਸ਼ ਨਹੀਂ ਪੂਰੀ ਹੋਈ ਕੀ ਯਾਰ ਮੇਰਾ ਜਿਸ ਤਰ੍ਹਾਂ ਦਾ ਉਸਤਾਦ ਹੈ ਨਾ ਫਰੀਦ ਪ੍ਰੋਟੋਕੋਲ ਪੂਰਾ ਹੋਣਾ ਚਾਹੀਦਾ ਸੀ ਉਸਤਾਦ ਮੇਰਾ ਉੱਥੋਂ ਅੱਡੇ ਤੋਂ ਉਤਰਦਾ ਉੱਥੋਂ ਮੈਂ ਹੈਲੀਕਾਪਟਰ ਤੇ ਲੈ ਕੇ ਆਂਦਾ ਹਾਏ ਹਾਏ ਮੈਂ ਸਦਕੇ ਜਾਵਾਂ ਹਵਾਈ ਅੱਡੇ ਤੇ ਹਾਂ ਮੈਂ ਕਿਹਾ ਪਤਾ ਨਹੀਂ ਜੀਟੀਐਸ ਚੱਲਦੇ ਪੁੱਲ ਤੋਂ ਤੁਹਾਡੇ ਘਰ ਤੱਕ 2 ਘੰਟੇ ਲੱਗਦੇ ਆਉਣ ਲੱਗੇ ਨਹੀਂ ਟ੍ਰੈਫਿਕ ਹੁੰਦੀ ਹੈ ਤੁਸੀਂ ਕਹਿੰਦੇ ਪੁੱਲ ਤੇ ਲੈ ਕੇ ਆਉਣਾ ਨਾਲੇ ਹੈਲੀਕਾਪਟਰ ਤੇ ਤਾਇਆ ਤੁਹਾਡਾ ਜਦੋਂ ਬਿਮਾਰ ਸੀ ਤੇ ਰੇੜੀ ਤੇ ਤੁਸੀਂ ਉਹਨੂੰ ਹਸਪਤਾਲ ਲੈ ਗਏ ਸੀ ਯਾਰ ਤੇ ਤਾਇਆ ਫੁੱਲੇ ਆ ਲੱਗਦਾ ਸੀ ਮਰੀ ਮੱਝ ਸੁੱਟਣ ਚੱਲੇ ਆ ਯਾਰ ਮੇਰੀ ਇੱਕ ਹੋਰ ਵੀ ਖੁਆਇਸ਼ ਆ ਉਸਤਾਦ ਦਾ ਯਾਰ ਗੋਲਡਨ ਵੀਜ਼ਾ ਲੱਗਾ ਮਾਸ਼ਾਅੱਲਾ ਅੱਛਾ ਸਾਰੀਆਂ ਖੁਆਇਸ਼ਾਂ ਤੁਹਾਡੀਆਂ ਸਾਡੇ ਤਾਂ ਦਿਮਾਗ ਹੈ ਹੀ ਨਹੀਂ ਤਾਂ ਪਾਗਲ ਆ ਅੱਲਾ ਦੀ ਕਿਸਮ ਨਹੀਂ ਆ ਦਿਮਾਗ ਤੁਹਾਡੇ ਯਾਰ ਜੋ ਵੀ ਐਡਾ ਵੱਡਾ ਅੱਲਾ ਨੇ ਕਰਮ ਕੀਤਾ ਉਸਤਾਦ ਕੋ ਸਟਿੰਗ ਪੀਣੀ ਆ ਮੈਨੂੰ ਨਹੀਂ ਪਤਾ ਬਸ ਏਅਰਪੋਰਟ ਤੇ ਉਤਰਦਾ ਘੋੜੇ ਦੇ ਖੜ 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 ਗੁਡਾਸਾ ਫੜਿਆ ਹੁੰਦਾ ਇਸ ਗੱਲ ਤੁਸੀਂ ਐਗਰੀ ਕਰੋ ਕਿ ਇੱਧਰ ਵੇਖੋ GTS ਤੋਂ ਲੈ ਕੇ ਆਪਣੇ ਸਟੂਡੀਓ ਤੱਕ ਰੈੱਡ ਕਾਰਪੇਟ ਵਿਛੇ ਬੜੀ ਵੱਡੀ ਗੱਲ ਆ ਤੇ ਆਲੇ ਦੁਆਲੇ ਲੋਕ ਖੜੇ ਹੋਣ ਗੁਲਪਾਸ਼ੀ ਹੋ ਰਹੀ ਹੋਵੇ ਇਸ ਤਰ੍ਹਾਂ ਕਰਕੇ ਓ ਯਾਰ ਪ੍ਰੀਤ ਮੈਂ ਵੀ ਸੱਜੇ ਤੱਕ ਯਾਦ ਆ ਤੈਨੂੰ ਤੇਰੇ ਵਿਆਹ ਤੇ ਮੈਂ ਗਿਆ ਸੀ ਜਿਹੜੇ ਨਾਲ ਚਲਾਉਣ ਵਾਲੇ ਨਹੀਂ ਹੈਗੇ ਉਹ ਤੁਸੀਂ ਅਲਮਾਰੀ 'ਚ ਰੱਖੇ ਸੀ ਤੇ ਜਿਹੜੇ ਖਾਣ ਵਾਲੇ ਉਹ ਚਲਾਉਂਦੇ ਤੁਹਾਡਾ ਮੈਨੂੰ ਪਤਾ ਅੱਛਾ ਮੇਰੇ ਜਿਹੜੀ ਕਿ ਤਰਤੀਬ ਤੇਰੇ ਤਾਂ ਬੰਦੇ ਮਲਤਾਨੋਂ ਆਏ ਸੀ ਫੈਰੰਗਰ ਦਾ ਹਨਾ ਬਹੁਤ ਫਰਕ ਯਾਰ ਤੂੰ ਮੇਰੇ ਵਿਆਹ ਤੇ ਓਏ ਇੱਕ ਆਈਡੀਆ ਆ ਗਿਆ ਮੈਨੂੰ ਫਰੀਦ ਯਾਰ ਤੈਨੂੰ ਪਤਾ ਹੋਣਾ ਉਹ ਜਿਹੜੀਆਂ ਕੁੜੀਆਂ ਨਹੀਂ ਛੱਕੇ ਚੋਕੇ ਤੇ ਨੱਚਦੀਆਂ ਉਹਨਾਂ ਦਾ ਪਤਾ ਤੈਨੂੰ ਨਹੀਂ ਇੱਕ ਦੀ ਲੱਤ ਟੁੱਟ ਗਈ ਉਹ ਸਾਰੀਆਂ ਦਾ ਪਤਾ ਲੈਣਗੀਆਂ ਦਫਾਓ ਚਲੋ 2 ਲੈ ਆ ਮੇਰੀ ਗੱਲ ਸੁਣੋ ਛੱਡ ਦਿਓ ਉਹ ਯਾਰ ਨਹੀਂ ਨਾ ਉਸਤਾਦ ਜਿੱਥੇ ਸਟੈਪ ਰੱਖੇ ਉਹ ਇੰਜ ਨਹੀਂ ਕਰਕੇ ਨੱਚ ਆ ਜਿਹੜਾ ਆਪਣਾ ਨਹਿਰ ਵਾਲਾ ਬੋਲਰ ਨਾ ਉਸਤਾਦ ਜੀ ਇੱਥੋਂ ਲੈਨ ਸਿਰ 2 ਖੁਸਰਿਆਂ ਦੀਆਂ ਲੈਣਾ ਹੁਣ 1300 ਖੁਸਰਾ ਇੱਧਰ ਖੜਾ ਹੋਵੇ 1300 ਖੁਸਰਾ ਇੱਧਰ ਖੜਾ ਹੋਵੇ ਤੇ ਮੇਨ ਤੇ ਮਿੱਠਾ ਉਹ ਭਾਈ ਖੈਰ ਜੇ ਮੇਨ ਤੇ ਮਿੱਠਾ ਮੈਂ ਅਗਲੇ ਛੇ ਨਹੀਂ ਹਰ ਖੁਸਰੇ ਤੋਂ ਬਾਅਦ ਇੱਕ ਮਿੱਠਾ ਖੜਾ ਫੇਰ ਅੱਗੇ ਖੁਸਰਾ ਖੜਾ ਨੂਰੀ ਨੇ ਉਹ ਭਰਾਵਾ ਨੂਰੀ ਇਹ ਕੁੜੀਆਂ ਦਾ ਕੰਮ ਨਹੀਂ ਹੈਗਾ ਮਰਦਾਂ ਦਾ ਕੰਮ ਵਾ ਤੂੰ ਬੰਦਾ ਸੱਦ ਢੋਲ ਵਾਲਾ ਤੂੰ ਨੂਰੀ ਸੱਦ ਲਈ ਮਰੇ ਨੂਰੀ ਕਿਹਾ ਲੂਰੀ ਨੀ ਨੂਰੀ ਨੂਰੀ ਨੱਤ ਉਹ ਯਾਰ ਨੂਰੀ ਢੋਲ ਇੱਕ ਢੋਲ ਹੋਇਆ ਵਾ ਪਾਕਿਸਤਾਨ ਦਾ ਬੜਾ ਵੱਡਾ ਨਾਂ ਉਹਦੇ ਨਾਲ ਸਜਾਦ ਭਾਈ ਕਲਾਂਟ ਤੇ ਹੈ ਵਧਾ ਜ਼ਰ ਇਹਨਾਂ ਨੂੰ ਵਧਾ ਇਹ ਤੂੰ ਹੀ ਵਧਾ ਸਕਦਾ ਸਾਹਮਣੇ ਕਿੰਨੇ ਪੈਸੇ ਹਾਂ ਬਿੱਲ ਉਹੀ ਜਿਹੜਾ ਆਮ ਚੱਲਦਾ 10,000 ਰੁਪਏ ਇਹ ਆਮ ਨਹੀਂ ਚੱਲਦਾ ਅੱਛਾ ਮੈਂ ਨਾ ਅੱਲੇ ਬੈਠਾ ਵੇ ਤੇ ਮੈਂ ਢੋਲਾਂ ਦਾ ਬਾਸ ਨੂੰ ਦੱਸਿਆ ਬਾਸ ਕਹਿੰਦਾ ਆਪਣੀ ਦੁਕਾਨ ਤੋਂ ਆਇਆ ਯਾਰ ਰੰਗ ਬਾਸ ਆ ਲੇਕਿਨ ਜੋ ਵੀ ਹੈ ਯਾਰ ਮੇਰੇ ਉਸਤਾਦ ਨੂੰ ਉਹ ਪ੍ਰੋਟੋਕੋਲ ਨਹੀਂ ਮਿਲਿਆ ਜਿਹੜਾ ਉਹ ਡਿਜ਼ਰਵ ਕਰਦੇ ਨੇ ਗੋਲਡਨ ਵੀਜ਼ਾ ਕੀ ਹੈ ਯਾਰ ਬੈਠੇ ਗੋਲਡਨ ਵੀਜ਼ਾ ਤਾਂ 10 ਸਾਲ ਪਿੱਛੇ ਮਿਲਣਾ ਚਾਹੀਦਾ ਸੀ ਕਈ ਲੋਕ ਹੁੰਦੇ ਨੇ ਮੁਲਕ ਦੀ ਜਿਨ੍ਹਾਂ ਦੀ ਵਜ੍ਹਾ ਤੋਂ ਇੱਜ਼ਤ ਹੁੰਦੀ ਇੱਥੇ ਅਸੀਂ ਪਲਾਨ ਕਰੀਏ ਉਸਤਾਦ ਜੀ ਦੇ ਆਣ ਤੇ ਅਸੀਂ ਇੰਜ ਕਰਕੇ ਜ਼ਰਾ ਸ਼ਿੰਗਾਰ ਜਾਂ ਫੁੱਲ ਬਾਜ਼ੀ ਜਿੰਨੇ ਮਰਜ਼ੀ ਪਲਾਨ ਕਰ ਲਾ ਜਿਹੜਾ ਭਾਈ ਹੈ ਨਾ ਦੁਬਈ ਉਸਤਾਦ ਦੇ ਨਾਲ ਸਲਮਾਨ
ਉਹ ਭਾਈ ਨੇ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ, ਉਹ ਹੋਰ ਹੀ ਗੱਲਾਂ ਗੁੱਲਾਂ ਯਾਰ, ਉਹਦਾ ਤੇ ਕੰਡਾ ਕੱਢੂ ਕਿਸੇ ਤਰੀਕੇ ਨਾਲ ਯਾਰ, ਉਹਦਾ ਕੰਡਾ ਮੇਰੇ ਮੌਲਾ ਨੇ ਕੱਢਣਾ, ਤੇਰੇ ਯਾਰ ਨੇ ਬੱਕਰਾ ਦਿੱਤਾ ਉਹਦਾ ਦੇਖੀ ਤੂੰ, ਬੱਕਰਾ ਦੇ ਵਾਲਾਂ ਨੇ ਦਿੱਤਾ ਉਹਨੇ, ਇਹਦੀ ਚੰਗੀ ਭਲੀ ਗੱਡੀ ਸੈੱਟ ਹੋਣੀ ਫਿਰ ਵੀ ਤੈਨੂੰ ਪਤਾ ਲੱਗਣਾ ਪਟਾਕਾ ਥਾਹ ਦੀ ਆਵਾਜ਼ ਆਉਣੀ ਹੈ, ਉਹਨੇ ਫਿਰ ਪਹਾੜਾਂ ਤੇ ਚੱਲ ਜਾਣਾ, ਤਰਾਨਾ ਕਰ ਆਉਣਾ ਤਰੀਆਂ ਨਾਲ ਗੱਲਾਂ ਤਾਂ ਮਨਾ ਕਰ ਤੂੰ ਉਹਨੂੰ, ਤੂੰ ਛੋਟੇ ਛੋਟੇ ਬੱਚੇ ਨੇ। ਅੱਛਾ ਯਾਰ ਵੇਖ ਰਹੇ ਉਹਦੇ ਮਾਸ਼ਾਅੱਲਾ ਉਹਦੀ ਇੱਕ ਵੀਡੀਓ ਆ, ਉਹਦਾ ਮੇਰੇ ਖਿਆਲੇ 2K ਹੋਇਆ ਸੀ, ਉਹਨੇ ਵਾਰਡ ਸ਼ੁਰੂ ਕੀਤੇ ਉਹ ਪਾਜੀ ਤਾਂ ਫਿਰ 2K ਹੋ ਗਿਆ ਵਾ, ਵਾਂਡੇ 300 ਵਿਊ ਪਿਆ ਕਹਿੰਦਾ ਮੈਂ ਬਿਸ਼ਨੋਈ ਧਮਕੀ ਲਾਉਣ ਦਿਆ ਸ਼ਰਾਬ ਮੁੰਡਾ ਚੰਗਾ, ਉਹਦਾ 3K ਆਇਆ ਤੇ ਉੱਤੇ ਲਿਖ ਦਿੱਤਾ ਥੈਂਕਸ ਪੀਪਲ 2.5K ਹੋਇਆ ਸ਼ਰਾਬ ਦਾ ਤੇ ਮਾਣ ਦਾ ਕੇਕ ਚੁੱਕੀ ਫਿਰੇ ਕਹਿੰਦਾ ਕੱਟਣਾ। ਯਾਰ ਗੱਲ ਤਾਂ ਸੁਣ ਲੈ, ਫੁੱਲਾਂ ਵਾਲਾ ਤੇ ਉਹ ਜਿਹੜਾ ਘੁਮਾਣ ਵਾਲਾ ਗਲੁੱਪ ਕਰਕੇ ਉਹ ਨਿਕਲਦੇ ਆ ਤਾਰੇ ਸ਼ਾਰੇ, ਉਹ ਆਤਿਸ਼ਬਾਜ਼ੀ ਦਾ ਰੇਜ ਨਵੀਦ ਭਾਈ ਨੇ ਲੈਣਾ ਸੀ, ਕਹਿੰਦਾ ਮੈਂ ਅੱਗੇ ਨਾਰ ਤੇ ਅੱਗ ਵਾਲਾ ਜਿਹੜਾ ਮੂੰਹ ਚ ਪਾ ਕੇ ਤੇ ਉਹ ਸਾਨੂੰ ਨਹੀਂ ਭੇਜਣਾ। ਯਾਰ ਨਵੀਦ ਭਾਈ ਨੇ ਕਹਿਣਾ, ਜਿਹਨੇ ਕਹਿਣਾ ਸਾਰਾ, ਮੈਂ ਇੱਕ ਮਿੰਟ ਢੋਲ ਲਾਣਾ ਇਹਨੂੰ ਫੋਨ ਕਰ ਲਾਂਗਾ, ਉਹਨੇ ਸ਼ਰਾਬ ਨੇ ਕੜੇ ਚੋਂ ਲੰਘਣ ਵਾਲੀ ਆਈਟਮ ਕਰਨੀ ਉਹ ਕਰਾਣੀ ਕਿ ਨਹੀਂ। ਅੱਜ ਜਦੋਂ ਨੇ ਢੋਲ ਵਾਲਾ ਫੋਨ ਕਰਨਾ ਉਹ ਤਾਂ ਨੰਬਰ ਦੇਖੀ ਤੇ ਨੰਬਰ ਸੇਵ ਮਜ਼ਰ ਦੇ ਨਾਮ ਤੋਂ ਹੋਣਾ ਹੀ ਗਾ, ਮਜ਼ਰ ਉਹਦੀ ਨਾਲ ਦੁਕਾਨ ਦਾ। ਉਹ ਯਾਰ ਕੀ ਹੈ ਯਾਰ, ਅੱਲਾ ਰਹਿਬ ਕਰੇ, ਚੋਰੀ ਮੈਣਾ ਯਾਰੀ ਮੈਣਾ ਢੋਲ ਵਜਾਂ ਜਗੀ ਮੈਣਾ, ਢੋਲ ਵਾਲੇ ਤੇ ਤੂੰ ਆਪਣਾ ਝੁੰਬਰ ਵਾਲਾ ਲਿਬਾਸ ਪਾ ਲੈ, ਅੱਗੇ ਉਹ ਨੀ ਕਰਨਾ ਹੈਗਾ ਤੇਰਾ ਡਿਚਕ ਡਿਚਕ। ਓਏ ਖਾਣੇ ਦਾ ਕਿਹਾ ਵਾ, ਖਾਣੇ ਦਾ ਕੀ ਅਰੇਂਜ, ਖਾਣੇ ਨੂੰ ਕੀ ਹੈ, ਕੁਛ ਵੀ ਨਹੀਂ, ਰਹਿਣ ਦੇ, ਪੁਰ ਕਰੋ ਖਾਣਾ। ਤੇਰਾ ਦਿਮਾਗ ਠੀਕ ਆ ਯਾਰ ਉਸਤਾਦ, ਆਂਦਨ ਮੈਂ ਕਿਹਾ ਸੀ ਉਹਨੂੰ ਫੋਨ ਕਰਦੇ ਆ, ਚਿਲੀ ਵੀ ਨਹੀਂ ਮੰਗਾ ਲਓ ਅੱਜ ਫਿਰ, ਚਲੋ ਪਤਾ ਕਰ ਲਓ ਉਹ ਤਾਂ ਸਲਮਾਨ ਯਾਰ, ਸੀਰੀਅਸ ਹੋ ਗਏ, ਉਹਨੂੰ ਪੁੱਛੋ ਕੀ ਹਿਸਾਬ ਕਿਤਾਬ। ਜੀ ਅਸਲਾਮ ਅਲੈਕੁਮ। ਸਲਾਮ। ਵਾਲੀਕੁਮ ਸਲਾਮ। ਕਿੱਥੇ? ਮੈਂ ਆ ਗਿਆ ਫੈਸਲ ਭਾਈ ਆਫਿਸ। ਚਲੋ ਆ ਜਾਓ ਜਲਦੀ ਯਾਰ, ਉਹ ਅਰੇਂਜ ਕਰਨਾ ਸੀਗਾ, ਖਾਣੇ ਦਾ ਵੀ ਕਹਿਣਾ ਸੀਗਾ। ਹਾਂ ਨਹੀਂ ਨਹੀਂ ਉਹ ਕਰਾਂਗੇ ਆਪਾਂ ਇਨਸ਼ਾਅੱਲਾ ਤਾਲਾ, ਜਲਦੀ ਕਰ ਲਾਂਗੇ ਅਰੇਂਜ। ਜਿਸ ਤਰ੍ਹਾਂ ਬਰਗਰ ਬੁਰਗਰ ਪਾਰਟੀ ਵਾਲਾ ਸਮਾਨ ਜਿਹੜਾ ਨਵੀਦ ਭਾਈ ਨੇ ਕਹਿਤਾ, ਹਾਂ ਬੁੱਕੇ ਜ਼ਰੂਰੀ ਹੈ ਯਾਰ, ਤੂੰ ਕਿਹਾ ਸੀ ਮੈਂ ਡੀ ਗਰਾਉਂਡ ਲੈਣਾ, ਚੱਲਿਆ ਪੱਤੀ ਮਣ ਪੱਤੀ ਗੁਲਪਾਸ਼ੀ ਪੂਰੀ ਲੈਂਦੀ ਹੈ, ਡਾਉਨ ਛਾਤੇ ਚੜਾਉਣਾ ਮਣ ਪੱਤੀ, ਕੀ ਗੱਲ ਉਸਤਾਦ ਨੇ ਕੀ ਗੁਰਦੰਦ ਬਣਾਣੀ, ਮੈਂ ਦੇਖਦਾ ਸਿਸਟਮ। ਵੈਸੇ ਮੈਂ ਫਰੀ ਰਾਹ ਨਾ ਉਸਤਾਦ ਜੀ ਦੇ ਅਕਲ ਤੋਂ ਯਾਰ ਹੈ, 10 ਸਾਲ ਦਾ ਵੀਜ਼ਾ ਲੈ ਲਿਆ ਚਾਰ ਸ਼ਹਿਦ ਵਾਸਤੇ ਬਸ, ਉਹ ਪਾਗਲ ਨਾਲ ਸਰਫ ਦਾ ਵੀ ਹੈ ਸ਼ੈਂਪੂ ਵੀ ਹੈ, ਭਲਾ ਕਿਉਂ 10 ਸਾਲ ਦਾ ਵੀਜ਼ਾ ਲਿਆ, ਇੱਥੋਂ ਅਲਾਮੇ ਬਹੁਤ ਆਉਣ ਲੱਗੇ ਸੀ ਅਚਾਰ ਦੇ, ਅੰਦਰ ਦੀ ਗੱਲ ਤਾਂ ਮੈਨੂੰ ਹੁਣ ਪਤਾ ਲੱਗੀ ਹੈ, ਉਹ ਨਹੀਂ ਓਏ ਲੈ ਪੂਰੇ ਪਾਕਿਸਤਾਨ ਜੰਜ ਦਾ ਅਚਾਰ ਨਹੀਂ ਹੈਗਾ। ਹੈਲੋ ਹਾਂਜੀ ਹਾਂਜੀ ਸਰ, ਨਿਕਲੇ ਨੀ ਹਲੇ, ਕੈਂਸਲ ਹੋ ਗਏ, ਮਤਲਬ ਹੋਰ ਸਟੇ ਕਰਨਾ 2-3 ਦਿਨ, ਉਹ ਤੇ ਟਿਕਟ ਦੇ ਪੈਸੇ ਪੈ ਜਾਣੇ ਉਸਤਾਦ ਜੀ, 2-3 ਦਿਨ ਅੱਗੇ, ਓਕੇ ਚਲੋ ਮੈਂ ਕਰਦਾ ਯਾਰ, ਕੰਮ ਖਰਾਬ ਹੋ ਗਿਆ ਯਾਰ, ਮੈਨੂੰ ਫਲਾਈਟ ਚੇਂਜ ਕਰਨੀ ਪੈਣੀ 2-3 ਦਿਨ ਅੱਗੇ, ਸਿਸਟਮ ਚੱਲ ਗਿਆ, ਨਹੀਂ ਫਲਾਈਟ ਕੈਂਸਲ ਹੋ ਗਈ, ਹਾਂਜੀ ਅੱਜ ਨਹੀਂ ਆਣਾ, ਨਹੀਂ
ਯਾਰ ਡਰੈਸ ਸਹੀ ਆ, ਸਹੀ ਪਹੁੰਚ ਗਏ ਨਾ ਅਸੀਂ ਯਾਰ, ਲੱਗਦਾ ਤੇ ਇਹੀ ਘਰ ਆ, ਤੂੰ ਅੱਲਾ ਬਿਹਤਰ ਜਾਣਦਾ ਯਾਰ। ਬਾਈ ਸਜਾਦ ਬੈਲ ਤੇ ਦੋ ਜ਼ਰਾ, ਪਤਾ ਤਾਂ ਲੱਗੇ ਵੀ ਇਹੀ ਘਰ ਆ ਉਹਨਾਂ ਦਾ। ਬੈਲ ਤੇ ਵਜਾਈ ਜਾ ਰਹੇ ਆ ਬਾਈ ਜੀ, ਇਹ ਹੋਇਆ ਵਦਨ ਬਾਹਰ ਵੇਖੀ ਯਾਰ। ਬਸ ਪਤਾ ਕੀ ਗੱਲ ਵਾ ਫਰੀਦ, ਇਹਨਾਂ ਨੂੰ ਭੇਜਦੇ ਨਹੀਂ ਚਾਹੀਦੇ, ਉਹਨਾਂ ਨੂੰ ਕਿਹਾ ਸਾਡਾ ਉਸਤਾਦ ਜੀ ਨਹੀਂ ਆ ਰਿਹਾ। ਭਾਜੀ ਇੱਕ ਮਿੰਟ ਯਾਰ, ਸਬਰ ਕਰ ਲਓ ਯਾਰ, ਜ਼ਰਾ ਤੁਹਾਨੂੰ ਪਤਾ ਹੀ ਹੈ ਗੱਲ, ਫਲੈਟ ਅੱਜ ਨਹੀਂ ਆਣ ਦੇ।
ਉਹਨਾਂ ਨੇ ਕੱਲ ਜਾਂ ਪਰਸੋਂ ਫਿਰ ਤੁਹਾਨੂੰ ਦੁਬਾਰਾ ਸੱਦ ਲਾਂਗੇ ਅਸੀਂ ਹਾਂਜੀ ਹਾਂਜੀ ਤੁਹਾਨੂੰ ਭਾਵੇਂ ਮਹੀਨੇ ਬਾਅਦ ਹੁਣ ਅਸੀਂ ਤੇ ਆ ਗਏ ਸਾਨੂੰ ਤੇ ਕੋਈ ਭਾਈ ਸਾਡੇ ਉਸਤਾਦ ਜੀ ਨਹੀਂ ਆ ਰਹੇ ਮੈਂ ਕਿਹਾ ਜੀ ਉਸਤਾਦ ਤੁਹਾਡੇ ਨਹੀਂ ਆ ਰਹੇ ਅਸੀਂ ਤੇ ਉਸਤਾਦ ਲੈ ਕੇ ਆਏ ਆ ਨਾ ਯਾਰ ਭਾਈ ਖੁਦਾ ਦਾ ਵਾਸਤਾ ਜੇ ਤੁਹਾਨੂੰ ਕਹਿਣ ਦੇ ਆ ਕਿ ਨਹੀਂ ਆ ਰਿਹਾ ਉਸਤਾਦ ਸਾਡਾ ਜਾਓ ਯਾਰ ਉਹ ਤੇਰਾ ਕੋਈ ਸਾਡਾ ਕਸੂਰ ਆ ਫਲੈਟ ਉਹਨਾਂ ਦੀ ਲੇਟ ਹੋ ਗਈ ਆ ਤੇ ਸਾਡਾ ਕਸੂਰ ਆ ਜੀ ਫਲੈਟ ਤੇ ਮੇਰਾ ਕਸੂਰ ਆ ਫਲੈਟ ਅਸੀਂ ਟਿਕਟਾਂ ਕੱਟਨੇ ਆ ਵੀ ਲੈ ਵੇ ਉਸੇ ਠੀਕ ਜਾ ਯਾਰ ਕੰਮ ਕਰ ਮੇਰੇ ਮਾਨ ਸਾਨੂੰ ਪੈਸੇ ਦਿਓ ਭਾਈ ਪੈਸੇ ਕਾਹਦੇ ਦਈਏ ਮੈਂ ਪੈਸੇ ਕਾਹਦੇ ਆ ਕੰਮ ਦੇ ਭਾਈ ਮੈਂ ਸੱਦਿਆ ਵਾ ਤੈਨੂੰ ਚਲੋ ਜਿਹਨੇ ਸੱਦਿਆ ਉਹ ਬੰਦਾ ਲਿਆ ਦਿਓ ਸਾਨੂੰ ਜਾ ਭਾਈ ਪੈਸੇ ਨਹੀਂ ਹੈਗੇ ਜਾ ਭਾਈ ਇਹ ਪੈਸੇ ਦਿੱਤਿਆਂ ਜਾਨ ਨਹੀਂ ਛੁੱਟਣੀ ਕਿਉਂ ਕਿ ਇਹ ਕੰਮ ਤੇ ਆਏ ਅਸੀਂ ਕੰਮ ਛੱਡ ਕੇ ਆਏ ਆ ਇਹ ਤੁਸੀਂ ਜੋ ਤੁਹਾਡੇ ਕੋਲ ਹੁੰਦਾ ਕਰ ਲਓ ਅਸੀਂ ਤੇ ਪੈਸੇ ਲੈ ਕੇ ਜਾਣਾ ਤੇ ਜੇ ਪੈਸੇ ਨਾ ਦਵਾਂ ਕੀ ਕਰ ਲੇਗਾ ਤੂੰ ਵੇ ਪਤਾ ਨਹੀਂ ਮੈਂ ਕੀ ਕਰ ਦਵਾਂ ਕੀ ਕਰ ਲੇਗਾ ਤੂੰ ਕਾਹਦੀ ਧਮਕੀ ਲਾਣ ਰਿਹਾ ਤੂੰ ਇੱਕ ਮਿੰਟ ਧਮਕੀ ਕਾਹਦੀ ਕੀ ਕਰ ਲੇਗਾ ਤੂੰ ਚੱਲ ਜਾਣਾ ਹੀ ਆ ਪੈਸੇ ਤੂੰ ਮੈਂ ਕਰਨ ਦੋ ਮੇਰੀ ਗੱਲ ਸੁਣ ਭਾਈ ਸਾਡੀ ਗੱਲ ਸੁਣ ਤੂੰ ਕਿਹੜੀ ਤੈਨੂੰ ਸੁਣ ਅਸੀਂ ਪੈਸੇ ਅਸੀਂ ਡਰਕਸ਼ਾ ਕਰਾ ਕੇ ਆਏ ਅਸੀਂ ਤੂੰ ਮਸਲੇ ਕਿ ਸਾਡੇ ਨਾਲ ਤੂੰ ਕਿਹੜਾ ਡਰਾਮਾ ਤੁਸੀਂ ਕਰਨ ਦੇ ਉਹ ਭਾਈ ਫਰੀਦ ਆਪਣੇ ਬੰਦਿਆਂ ਨੂੰ ਸਮਝਾ ਭਾਈ ਓਏ ਇੱਕ ਮਿੰਟ ਔਖਾ ਹੋ ਗਿਆ ਡਰਾਮਾ ਬੜਾ ਲੱਗਣਾ ਵਾ ਕਿਹੜਾ ਡਰਾਮਾ ਲੱਗਣਾ ਮੈਂ ਢੋਲ ਚੱਕ ਕੇ ਮਾਰ ਰਿਹਾ ਵਾ ਮੈਂ ਦੱਸਾਂ ਲੜਾਈ ਲੜਾਈ ਨਾ ਕਰੀ ਇਹ ਨਾ ਭਾਈ ਫਰੀਦ ਤੂੰ ਸਾਨੂੰ ਇਹ ਡਰਾਮਾ ਕਰਨ ਵਾਸਤੇ ਸਾਨੂੰ ਸੱਦਿਆ ਸੀ ਯਾਰ ਨਹੀਂ ਨਹੀਂ ਇੱਕ ਹੋਰ ਬਾਹੋ ਕਰਨਾ ਅੱਛਾ ਚਲੋ ਉਹ ਲੈਣੇ ਫਿਰ ਉਹ ਕਰਨੇ ਨੇ ਭਾਜੀ ਮੇਰੀ ਗੱਲ ਸੁਣੋ ਪਤਾ ਕੀ ਗੱਲ ਭਾਜੀ ਇਹਨੇ ਸੱਦਿਆ ਤੁਹਾਨੂੰ ਅਸੀਂ ਨਹੀਂ ਸੱਦਿਆ ਸਾਡਾ ਕੋਈ ਜ਼ਿੰਮੇਵਾਰ ਅਸੀਂ ਫਰੀਦ ਸਾਹਿਬ ਸਾਹਿਬ ਭਾਈ ਕਹਿ ਰਹੇ ਸਾਡੇ ਉਸਤਾਦ ਆ ਰਹੇ ਸਾਡੇ ਉਸਤਾਦ ਆ ਨਾਨ ਸਾਡਾ ਚ ਕੋਈ ਕਸੂਰ ਨਹੀਂ ਉਹ ਭਾਈ ਮੈਂ ਨਹੀਂ ਸੱਦਿਆ ਤੂੰ ਉਹ ਭਾਈ ਤੁਸੀਂ ਸੱਦਿਆ ਵਾ ਸਾਨੂੰ ਮੈਂ ਨਹੀਂ ਸੱਦਿਆ ਆ ਤੁਹਾਡੇ ਉਸਤਾਦ ਭਾਵੇਂ ਦੋ ਫਿਰ ਹੋ ਗਿਆ ਹੁਣ ਅੱਧੇ ਅੱਧੇ ਸਾਹਿਬ ਇੱਕ ਮਿੰਟ ਠਹਿਰੋ ਇੱਕ ਮਿੰਟ ਸੱਦਿਆ ਉਹਦੇ ਕੋ ਆ ਇੱਕ ਮਿੰਟ ਭਾਜੀ ਠੀਕ ਹੈ ਨਾ ਭਾਜੀ ਤੁਸੀਂ ਮੌਜੂਦ ਬੰਦੇ ਲੱਗਦੇ ਹੋ ਇਹ ਸਮਝਾਓ ਕਿ ਭਾਜੀ ਪੈਸੇ ਨਹੀਂ ਉਹ ਪਰਸੋਂ ਨੂੰ ਉਹਨਾਂ ਨੇ ਨਾ ਉਹਨਾਂ ਨੇ ਪਰਸੋਂ ਆਣਾ ਭਾਈ ਪੈਸੇ ਮਿਲਣੇ ਔਖਾ ਨਹੀਂ ਹੋਣਾ ਭਾਜੀ ਔਖੇ ਹੋਣ ਵਾਲੀ ਗੱਲ ਨਹੀਂ ਪੈਸੇ ਅਸੀਂ ਲੈ ਕੇ ਜਾਣੇ ਭਾਈ ਪੈਸੇ ਨਹੀਂ ਹੈਗੇ ਇੱਕ ਮਿੰਟ ਭਾਜੀ 300 ਰੁਪਏ ਲੀਟਰ ਤੇਲ ਆ ਓ ਯਾਰ ਤੂੰ ਕੀ ਲੀਟਰ ਤੇ ਆਇਆ ਲੈ ਲੀਟਰ ਤੇ ਆਇਆ ਵਾ ਯਾਰ ਉਹਨਾਂ ਦਾ ਅੱਛਾ ਲੈ ਕੇ ਆ ਸਾਡਾ ਹੱਕ ਮੰਨਦਾ ਅਸੀਂ ਲੈਣੇ ਲੈਣੇ ਪੈਸੇ ਯਾਰ ਦਿਓ ਮੈਂ ਲੜਨਾ ਪਿਆ ਵਾ ਤੇਰੇ ਕੋ ਪੈਸੇ ਲੈ ਕੇ ਜਾਣੇ ਆ ਮੈਂ ਗੋਡਾ ਚੰਗਾ ਫੇਰਨਾ ਤੈਨੂੰ ਇੱਕ ਮਿੰਟ ਭਾਜੀ ਤੁਸੀਂ ਲੜਾਈ ਵਾਲੀ ਗੱਲ ਫੈਸਲਾ ਇੱਕ ਮਿੰਟ ਲੜਾਈ ਮੈਂ ਉਹਨੂੰ ਚੁੱਕੇ ਥੱਲੇ ਰੱਖ ਲੈਣਾ ਹੈਗੇ ਯਾਰੀ ਵਿਚਾਰਾ ਸਾਡਾ ਜਿਹੜਾ ਮਾਲਕ ਹੈ ਨਾ ਭਾਈ ਸਿੱਧੀ ਸਾਫ ਗੱਲ ਅਸੀਂ ਉਹਨੂੰ ਬੁਲਾਉਂਦੇ ਆ ਮਿੱਠੇ ਭਾਈ ਆਪਣੇ ਵੱਡੇ ਕੀ ਹੋਇਆ ਭਾਜੀ ਪੈਸੇ ਭਾਜੀ ਇਧਰ ਨੂੰ ਆਓ ਫੇਰ ਕਿੱਠਾ ਮਿਲਦੇ ਜਾਂਦੇ ਪੈਸੇ ਦਿਓ ਨਾ ਫੇਰ ਪੈਸੇ ਢੋਲ ਦੇ ਢੋਲ ਵਜਾਉਣ ਦੇ ਟੋਲ ਤੁਸੀਂ ਵੀ ਆਇਆ ਕਿ ਮੈਂ ਵੀ ਆਇਆ ਮੈਂ ਵੀ ਆਇਆ ਅਰੇ ਤੁਸੀਂ ਪੈਸੇ ਦਿਓ ਫਿਰ ਨਹੀਂ ਤੁਸੀਂ ਸਾਡੇ ਕੋਲ ਕਿੰਨੇ ਪੈਸੇ ਕਿੰਨੇ ਸਹੀ ਸਹੀ ਦੱਸੋ ਯਾਰ 10000 ਪੈਸੇ 10000 ਰੁਪਿਆ ਪੱਕੀ ਗੱਲ ਆ ਪੱਕੀ ਗੱਲ ਤੁਹਾਨੂੰ ਉਹ ਆਈਟਮ ਆਉਂਦਾ ਵਾ ਤੁਸੀਂ ਕਿਹੜਾ ਆਮਣਾ ਜਿਨ੍ਹਾਂ ਦੇ ਰਾਹ ਮੱਲੇ ਹੋਏ ਨੇ ਸੁਣਾਓ ਜ਼ਰਾ ਪੈਸੇ ਤੇ ਸੁਣਾਓ ਆਈਟਮ ਤੇ ਸੁਣਾਓ ਨਾ ਸੁਣਾਓ ਬਈ ਭਾਈ ਆਉਂਦੇ ਆ ਕਿਤੇ ਮੈਂ ਕਿਤੇ ਬੱਚਾ ਕਿਡਨੈਪ ਕਰ ਲਿਆ ਨਹੀਂ ਨਹੀਂ ਨੂੰ ਫੜ ਰੱਖੋ ਜਾਵੇ ਨਾ ਭਾਈ ਨੂੰ ਫੜਦਾ ਨਹੀਂ ਢੋਲ ਤੁਸੀਂ ਵਜਾਓ ਭਾਈ ਦੋਵਾਂ ਜਣਾ ਢੋਲ ਨਹੀਂ ਨਹੀਂ ਲਾਡ ਵਜਾਓ ਜ਼ਰਾ ਵਜਾਓ ਤੁਸੀਂ ਇਹ ਜਾਵੇ ਨਾ ਨੂੰ ਫੜ ਕੇ ਰੱਖੋ ਸਿਰਫ ਇਹ ਕਹਿਣਾ ਪੈਸੇ ਦੇ ਤੈਨੂੰ 15000 ਰੁਪਏ ਦਊਗਾ ਠੀਕ ਆ ਓਕੇ ਭਾਈ ਸਲਮਾਨ ਬਹੁਤ ਚੰਗਾ ਮੁੰਡਾ ਯਕੀਨ ਮੰਨ ਅਹਿਸਾਸ ਬੜਾ ਨਰਮ ਦਿਲ ਬੜਾ ਵਾ ਹਾਂਜੀ ਦੋਸਤ ਨੇ ਬੜੇ ਅੱਛੇ ਸਾਨੂੰ ਭਾਈ ਫਰੀਦ ਸਾਹਿਬ ਨੇ ਕਿਹਾ ਸੀ ਫਰੀਦ ਸਾਹਿਬ ਜਿਹੜਾ ਸਾਡਾ ਹਾਂਜੀ
फिर कर लांगे कल परसों फिर लांगे कल परसों यार भाई फैसल फरीद भाई लेकिन गल पता की फरीद सावरी साहब तुसी सदया पैसे देने पैने फैसल साहब मैं बंदे देख माड़े आ भरा वा साडे अर्गे हां जी हां ठीक है सी भी जे मतलब माड़े आ ओ भी माड़े आ साडे अर्गे पैसे देने कोई फैसल कंपनी कंपनी पैसे तद देगी जे हुन साडा काम ही नहीं है अज होया आ यार तुसी मैं किस तरह मैं हां जी हां जी आया जी फिर बाजार ने आके बैठ गया ਏ ਭਾਜੀ ਤੁਸੀਂ ਦੱਸੋ ਕਿ ਦੇਖੋ ਇਹ ਜਿਹੜਾ ਕੰਮ ਅੱਜ ਨਹੀਂ ਹੋਇਆ ਇਹਦੇ ਪੈਸੇ ਬਣਦੇ ਹੀ ਨਹੀਂ ਨਹੀਂ ਬਣਦੇ ਠੀਕ ਹੈ ਲੇਕਿਨ ਕਿਰਾਇਆ ਤਾਂ ਬਣਦਾ ਨਾ ਉਹਨਾਂ ਨੂੰ ਕਿਰਾਇਆ ਭਾੜਾ ਦੇ ਦਿਓ ਚਲੋ 10,000 ਕਹਿ ਦਿੱਤਾ ਫਰੀਦ ਅੱਲਾ ਨੇ ਇੰਨਾ ਦਿੱਤਾ ਤੈਨੂੰ ਕੀ ਪਰ ਪੈਣਾ ਦਿੰਦਾ ਅੱਲਾ ਕਰਦਾ ਕੁਛ ਨਹੀਂ ਹੁੰਦਾ ਯਾਰ ਉਹ ਤੈਨੂੰ ਮੈਂ ਕਹਿ ਰਿਹਾ ਓਏ ਮੈਂ ਸ਼ੁਗਰ ਲਗੇ ਦੀ ਆਦਤ ਬੜੀ ਕਰ ਰਿਹਾ ਨਹੀਂ ਆਦਤ ਨਹੀਂ ਹੈ ਭਾਜੀ ਕੀ ਹੋ ਗਿਆ ਜੇ ਤੁਸੀਂ ਵੀ ਉਹਨਾਂ ਨਾਲ ਕਹਿ ਰਹੇ ਹੋ ਉਹ ਸਹੀ ਕਹਿ ਰਹੇ ਨੇ ਸਹੀ ਕਹਿਣੇ ਆ ਤੂੰ ਨਾਮ ਹੀ ਦਿੱਤੇ ਅਗਲੇ ਨੇ ਲੈਣੇ ਆ ਤੇ ਉਹ ਪੈਸੇ ਲੈ ਕੇ ਉਹਨਾਂ ਕੋਲੋਂ ਤੁਸੀਂ ਤੁਹਾਡੀ ਮਿਹਰਬਾਨੀ ਹੈ ਜਾਨਵਰ ਕਹਿਣਿਆ ਤੁਸੀਂ ਨਾਮ ਹੀ ਦਿੱਤੇ ਉਹਨਾਂ ਨੇ ਲੈ ਲੈਣੇ ਹਾਂ ਜੀ ਨਹੀਂ ਭਾਈ ਸਾਡੇ ਕੋਲ ਪੈਸੇ ਨਹੀਂ ਜੀ ਭਾਈ ਐਵੇਂ ਤੱਲ ਖਰਾਬ ਕਰਨ ਵਾਲੀ ਗੱਲ ਆ ਤੁਹਾਡੀ ਮਿਹਰਬਾਨੀ ਹੈ ਨਹੀਂ ਜੀ ਮਾਫੀ ਚਾਹਨਾ ਜੀ ਮੇਰੇ ਕੋਲ ਨਹੀਂ ਦੇਰ ਜਿ ਮਾਰ ਦੇਈਦੀ ਹੁੰਦੀ ਹੈ ਦਿਮਾਗ 'ਚ ਕਦੀ ਗੱਲ ਭਾਈ ਜਾਨ ਗੱਲ ਇਦਾਂ ਅਸੀਂ ਪੈਸੇ ਲੈ ਲੈਣੇ ਆ ਗੱਲ ਇਹ ਆ ਸਾਡੀ ਭਾਈ ਅਸੀਂ ਪੈਸੇ ਲੈਣੇ ਹੀ ਲੈਣੇ ਆ ਨਹੀਂ ਪੈਸੇ ਦਿਓ ਭਾਈ ਜੀ ਭਾਈ ਇਹ ਪੈਸੇ ਸਾਲ ਕਰੋ ਲੈਣੇ ਭਾਈ ਵੀਰ ਸਾਹਿਬ ਤੁਸੀਂ ਸਾਨੂੰ ਸੱਦਿਆ ਨਹੀਂ ਮੂੰਹ ਜਿਤੀ ਮਾਰ ਲੈ ਕੇ ਓਏ ਮਾਰੀ ਨਾ ਲੋ ਮਾਰੀ ਨਾ ਮਾਰ ਨਾ ਮਾਰੀ ਨਾ ਤੂੰ ਮੈਂ ਚੋਇਆ ਤੇ ਲੈ ਕੇ ਸੱਲਾ ਖਵਾੜੀ ਮਾਰ ਦੇ तू कह के हाथ खिलाओ ना मेरे हां जी भाई तू हाथ खोल फला छोल नहीं खोल जरा तू ला हाथ नहीं तू ला खराब हो ਪੈਸੇ ਦਿਓ ਜੀ ਪੈਸੇ ਦਿਓ ਜੀ ਪੈਸੇ ਨਹੀਂ ਦੇਣੇ ਤੇ ਪੈਸੇ ਦਿਓ